ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਤਾਨਿਆ। ਚਾਹੇ ਕਹਿ ਲਓ ਰੁਪਿੰਦਰ ਗਾਂਧੀ ਜਾਂ ਫਿਰ ਬਲੈਕੀਆ ਜਾਂ ਫਿਰ ਡੀਐਸਪੀ ਦੇਵ ਜਾਂ ਫਿਰ ਡਾਕੂਆਂ ਦਾ ਮੁੰਡਾ, ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਦੇਵ ਖਰੋੜ ਦੀ, ਜੋ ਇੱਕ ਵਾਰ ਫਿਰ ਰੈਡੀ ਨੇ ਆਪਣੀ ਨਵੀਂ ਫਿਲਮ ਦੇ ਨਾਲ, ਜਿਸ ਦੀ ਜਾਣਕਾਰੀ ਦੇਵ ਖਰੋੜ ਨੇ ਆਪਣੇ ਸੋਸ਼ਲ ਮੀਡੀਆ ਤੇ ਫੈਨਸ ਨਾਲ ਸ਼ੇਅਰ ਕੀਤੀ ਹੈ। ਦੇਵ ਖਰੋੜ ਨੇ ਇੱਕ ਪੋਸਟਰ ਸ਼ੇਅਰ ਕੀਤਾ ਹੈ ਜਿਸ ਵਿੱਚ ਫਿਲਮ ਦੀ ਜਾਣਕਾਰੀ ਦਿੱਤੀ ਗਈ ਹੈ, ਔਰ ਤੁਹਾਨੂੰ ਦੱਸ ਦਈਏ ਕਿ ਫਿਲਮ ਦਾ ਟਾਈਟਲ ਹੈ ਬੰਬ ਜਿਗਰਾ। ਔਰ ਖਾਸ ਗੱਲ ਇਹ ਹੈ ਕਿ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹੈ ਬੀਨੂ ਢਿੱਲੋਂ, ਇਸ ਫਿਲਮ ਨੂੰ ਡਾਇਰੈਕਟ ਕਰ ਰਿਹਾ ਸੁਖਮਿੰਦਰ ਤੰਜਲ, ਇਸ ਨੂੰ ਲਿਖਿਆ ਇੰਦਰਪਾਲ ਸਿੰਘ ਨੇ, ਔਰ ਇਸ ਫਿਲਮ ਦੇ ਵਿੱਚ ਦੇਵ ਖਰੋੜ ਦੇ ਨਾਲ ਨਜ਼ਰ ਆਉਣਗੇ ਆਂਚਲ ਸਿੰਘ ਤੇ ਰਾਹੁਲ ਦੇਵ। ਔਰ ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਦੇਵ ਖਰੋੜ ਲਿਖਦੇ ਨੇ, ਲਓ ਵੀ ਦੋਸਤੋ 2020 ਚ ਮਿਲਦੇ ਹਾਂ ਸਿਨੇਮਾ ਘਰਾਂ ਚ ਬੰਬ ਜਿਗਰੇ ਨਾਲ। ਦੇਵ ਖਰੋੜ ਦੀ ਇਸ ਫਿਲਮ ਦਾ ਤੁਹਾਨੂੰ ਕਿੰਨਾ ਕੁ ਇੰਤਜ਼ਾਰ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ, ਤੇ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ, ਤੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ।